ਜਦੋਂ ਫਰਿਸ਼ਤੇ ਆਣਗੇ ਨਾ ਤੇ ਕਫਨ ਦਾ ਬੰਦ ਉਪਰਲਾ ਖੁੱਲਾ ਹੁੰਦਾ ਹੈ ਤੇ ਫਰਿਸ਼ਤੇ ਆ ਕਰਕੇ ਇਹਦਾ ਕਫਨ ਦਾ ਜਨਾਬ ਚਿਹਰੇ ਵਾਲੀ ਸਾਈਡ ਤੋਂ ਸਭ ਤੋਂ ਪਹਿਲੇ ਹਾਂਜੀ ਚਿਹਰਾ ਵੇਖਿਆ ਜਾਂਦਾ ਹੈ ਤੇ ਜਦੋਂ ਬੰਦਾ ਫੌਤ ਹੋਇਆ ਹੋਵੇ ਉਦੋਂ ਵੀ ਬੰਦੇ ਕੀ ਵੇਖਦੇ ਨੇ ਚਿਹਰਾ ਹਾਂਜੀ ਕੋਈ ਲੱਤਾਂ ਨਹੀਂ ਵੇਖਦਾ ਕੋਈ ਸਿਰ ਨਹੀਂ ਵੇਖਦਾ ਕੋਈ ਜਨਾਬ ਹੱਥ ਪੈਰ ਨਹੀਂ ਵੇਖਦਾ ਕੀ ਵੇਖਦਾ ਮੂੰਹ ਵੇਖਦਾ ਤੇ ਫਰਿਸ਼ਤੇ ਵੀ ਜਦੋਂ ਵੇਖਣਗੇ ਨਾ ਤੇ ਜਨਾਬ ਉਹ ਕਫਨ ਨੂੰ ਪਰਾਂ ਹਟਾਣਗੇ ਤੇ ਵਿੱਚੋਂ ਜਨਾਬ ਇਹ ਲਾਇਸੈਂਸ ਨਜ਼ਰ ਆਏਗਾ ਦਾੜੀ ਸੁਨਤ ਰਸੂਲ ਪਿਆਰੇ ਨਬੀ ਦੀ ਸੁਨਤ ਨਾਲ ਅਮਲ ਕੀਤਾ ਹੋਏਗਾ ਸੁਨਤ ਨਾਲ ਪਿਆਰ ਕੀਤਾ ਹੋਏਗਾ ਸੁਨਤ ਨਾਲ ਫਰਾਡ ਨਹੀਂ ਕੀਤਾ ਹੋਏਗਾ ਸੁਨਤ ਨਾਲ ਧੋਖਾ ਨਹੀਂ ਕੀਤਾ ਹੋਏਗਾ ਹਾਂਜੀ ਸੁਨਤ ਆਪਣੇ ਚਿਹਰੇ 'ਤੇ ਸਜਾਈ ਹੋਏਗੀ ਸੁਨਤ ਰਸੂਲ ਨਾਲ ਪਿਆਰ ਕੀਤਾ ਹੋਏਗਾ ਫਰਿਸ਼ਤੇ ਦੂਰੋਂ ਹੀ ਕਹਿਣਗੇ ਮਾਸ਼ਾ ਅੱਲਾ ਸੁਬਹਾਨ ਅੱਲਾ ਇਹ ਤਾਂ ਕੋਈ ਵਾਕਿਆ ਹੀ ਅੱਲਾਹ ਦਾ ਬੰਦਾ ਆਇਆ ਵਾਕਿਆ ਹੀ ਅੱਲਾਹ ਦਾ ਬੰਦਾ ਆਇਆ ਅਤੇ ਜੇ ਕੱਦੂ ਛਿਲਿਆ ਉਹਨਾਂ ਨੇ ਵੇਖ ਲਿਆ ਨਾ ਅਤੇ ਉਹਨਾਂ ਨੇ ਕਹਿਣਾ ਵੀ ਇਹ ਵਾਕਿਆ ਹੀ ਦੂਸਰੇ ਪਾਸੇ ਦਾ ਬੰਦਾ ਹੈ ਲਿਹਾਜ਼ਾ ਤੇਰਾ ਹਿਸਾਬ ਉਹ ਕਿਤਾਬ ਉੱਥੇ ਹੀ ਕੜੀਅਲ ਸ਼ੁਰੂ ਹੋ ਜਾਏਗਾ ਅੱਲਾਹ ਅਕਬਰ ਅੱਲਾ ਅੱਲਾਹ ਅਗਰਚੇ ਮੋਮਨਾ ਵਾਲੀ ਹਾਂਜੀ ਸੁਨਤ ਰਸੂਲ ਸਜਾਈ ਹੋਈ ਇਹ ਦਾੜੀ ਮੁਬਾਰਕ ਰੱਖੀ ਹੋਈ ਪਿਆਰੇ ਨਬੀ ਅਲੈਹਿ ਸਲਾਤੁ ਵਸਲਾਮ ਦੀ ਸੁਨਤ ਨਾਲ ਪਿਆਰ ਕੀਤਾ ਹੋਏਗਾ ਹੋ ਸਕਦਾ ਅੱਲਾਹ ਦੀ ਰਹਿਮਤ ਜੋਸ਼ ਅੰਦਰ ਆਵੇ ਅੱਲਾਹ ਆਪਣੇ ਫਰਿਸ਼ਤਿਆਂ ਨੂੰ ਹੁਕਮ ਫਰਮਾਵੇ ਫਰਿਸ਼ਤਿਓ ਜਾਓ ਇਸ ਮੈਂ ਆਪਣੇ ਬੰਦੇ ਨੂੰ ਮੁਆਫ ਫਰਮਾ ਛੋੜਿਆ ਬਗੈਰ ਹਿਸਾਬ ਇਹਨੂੰ ਜੰਨਤ ਦੇ ਅਲਾਟ ਕਰ ਦਿੱਤੀ ਹੈ ਇਹਨੂੰ ਜੰਨਤ ਅਲਾਟ ਕਰ ਦਿੱਤੀ ਹੈ ਜੰਨਤ ਦਾ ਸਰਟੀਫਿਕੇਟ ਇਹਦੀ ਜੇਬ ਅੰਦਰ ਪਾ ਦਿਓ ਅੱਲਾਹੁ ਅਕਬਰ ਅੱਲਾ ਅੱਲਾ ਤੇ ਜੇ ਜਨਾਬ ਇਹ ਸੁਨਤ ਰਸੂਲ ਨਾ ਹੋਈ ਸੁਨਤ ਨੂੰ ਰੋਜ਼ਾਨਾ ਕਤਲ ਕਰਦਾ ਰਿਹਾ ਅੱਲਾ ਅੱਲਾ ਗੰਦੀਆਂ ਨਾਲੀਆਂ ਦੀ ਜ਼ੀਨਤ ਬਣਾ ਦਿੰਦਾ ਰਿਹਾ ਕਟਰਾਂ ਅੰਦਰ ਇਹਨੂੰ ਸੁੱਟਦਾ ਰਿਹਾ ਇਹਦੇ ਨਾਲ ਬੇਵਫਾਈ ਕਰਦਾ ਰਿਹਾ ਤੇ ਫਿਰ ਤੇਰਾ ਹਿਸਾਬੋ ਕਿਤਾਬ ਉੱਥੋਂ ਹੀ ਸਖ਼ਤ ਸ਼ੁਰੂ ਹੋ ਜਾਏਗਾ ਅਲਗਰਜ ਜਨਾਬ ਇਹਨੂੰ ਪੁੱਛਿਆ ਜਾਂਦਾ ਹੈ ਫਰਿਸ਼ਤੇ ਪੁੱਛਦੇ ਨੇ ਮੋਮਨ ਬੰਦੇ ਕੋਲੋਂ ਆਦੇ ਨੇ ਮਰ ਰੱਬੂ ਕਾ ਤੇਰਾ ਰੱਬ ਕੌਣ ਹੈ ਇਹ ਮੋਮਨ ਬੰਦੇ ਦਾ ਜਵਾਬ ਸੁਣਿਆ ਜੇ ਇਹ ਆਖੇਗਾ ਰੱਬੀ ਅੱਲਾ ਮੇਰਾ ਰੱਬ ਅੱਲਾ ਫਿਰ ਇਹਨੂੰ ਪੁੱਛਿਆ ਜਾਏਗਾ ਕਿ ਮਾ ਦੀਨੂ ਮਨ ਨਬੀਓ ਕਾ ਤੇਰਾ ਨਬੀ ਕੌਣ ਹੈ ਇਹ ਆਖੇਗਾ ਜਨਾਬ ਨਬੀ ਮੁਹੰਮਦ ਰਸੂਲੁੱਲਾ ਅੱਲਾ ਦੀ ਬਾਤ ਮੰਨੀ ਹੋਏਗੀ ਦੁਨੀਆ ਅੰਦਰ ਅੱਲਾ ਦੀ ਫਰਮਾ ਬਰਦਾਰੀ ਕੀਤੀ ਹੋਏਗੀ ਉਹਦੇ ਰਸੂਲ ਦੀ ਫਰਮਾ ਬਰਦਾਰੀ ਕੀਤੀ ਹੋਏਗੀ ਇਤਬਾਹ ਔਰ ਪੈਰੋਕਾਰੀ ਕੀਤੀ ਹੋਏਗੀ ਅਤੇ ਉੱਥੇ ਜਨਾਬ ਕਬਰ ਦੇ ਅੰਦਰ ਤੈਨੂੰ ਹਿਸਾਬੋ ਕਿਤਾਬ ਬਹੁਤ ਹੀ ਆਸਾਨੀ ਦੇ ਨਾਲ ਤੂੰ ਜਨਾਬ ਦੇ ਲਵੇਗਾ ਔਰ ਹਿਸਾਬੋ ਕਿਤਾਬ ਦੇ ਅੰਦਰ ਆਸਾਨੀਆਂ ਹੀ ਆਸਾਨੀਆਂ ਪੈਦਾ ਹੋ ਜਾਣਗੀਆਂ ਅੱਲਾਹ ਅਕਬਰ ਅੱਲਾ ਅਗਰ ਦੁਨੀਆ 'ਤੇ ਰਹਿੰਦਿਆਂ ਹੋਇਆ ਆਪਣੀ ਮਰਜ਼ੀ ਨਾਲ ਜ਼ਿੰਦਗੀ ਗੁਜ਼ਾਰੀ ਅੱਲਾਹ ਅਤੇ ਉਹਦੇ ਰਸੂਲ ਦੀ ਨਾ ਫਰਮਾਨੀ ਕੀਤੀ ਫਿਰ ਨਾ ਤੇਰੀ ਜ਼ੁਬਾਨ ਵਿੱਚੋਂ ਰੱਬੀ ਅੱਲਾਹ ਨਿਕਲੇਗਾ ਨਾ ਤੇਰੀ ਜ਼ੁਬਾਨ ਵਿੱਚੋਂ ਨਬੀ ਮੁਹੰਮਦ ਰਸੂਲੁੱਲਾਹ ਨਿਕਲੇਗਾ ਕਿਉਂਕਿ ਅੱਲਾਹ ਤੇ ਉਹਦੇ ਰਸੂਲ ਦੀ ਤੇ ਮੁਖਾਲਫਤ ਕੀਤੀ ਹੈ ਅੱਲਾਹ ਤੇ ਉਹਦੇ ਰਸੂਲ ਦੀ ਨਾ ਫਰਮਾਨੀ ਕੀਤੀ ਹੈ ਨਾ 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 ਮੁਸਲਮਾਨੋ ਬਲਕਿ ਜਨਾਬ ਅੱਲਾਹ ਤੇ ਉਹਦੇ ਰਸੂਲ ਦਾ ਫਰਮਾ ਬਰਦਾਰ ਬੰਦਾ ਆਖੇਗਾ ਆਖੇਗਾ ਰੱਬੀ ਅੱਲਾਹ ਅੱਲਾਹ ਦਾ ਜ਼ਿਕਰ ਕਰਦਾ ਰਿਹਾ ਹੈ ਨਾ ਅੱਲਾਹ ਦੇ ਹਾਂ ਸਜਦੇ ਤੇ ਰੁਕੂ ਕਰਦਾ ਰਿਹਾ ਨਮਾਜ਼ਾਂ ਪੜ੍ਹਦਾ ਰਿਹਾ ਕੁਰਾਨ ਪੜ੍ਹਦਾ ਰਿਹਾ ਹੈ ਨਾ ਰੱਬ ਨੂੰ ਯਾਦ ਰੱਖਿਆ ਅੱਲਾਹ ਕਬਰ ਦੇ ਅੰਦਰ ਇਹਦੀ ਜ਼ੁਬਾਨ ਤੇ ਜਨਾਬ ਅਸਾਨੀ ਦੇ ਨਾਲ ਜਵਾਬ ਦਿਵਾ ਦੇਗਾ ਨਾ ਅੱਲਾਹੁ ਅਕਬਰ ਅੱਲਾ 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 ਇਧਰੋਂ ਪਿਆਰੇ ਨਬੀ ਦੀ ਤਬਾਹ ਕੀਤੀ ਹੈ ਸੋਹਣੇ ਨਬੀ ਅਲੈਹਿ ਸਲਾਤੁ ਵਸਲਾਮ ਦੀ ਫਰਮਾ ਬਰਦਾਰੀ ਕੀਤੀ ਹੈ ਨਾ ਅੱਲਾਹੁ ਅਕਬਰ ਕਬੀਰਾ ਤੇ ਅੱਲਾਹ ਦੇ ਪਿਆਰੇ ਨਬੀ ਅਲੈਹਿ ਸਲਾਮ ਦੀ ਗੱਲ ਮੰਨਦਾ ਰਿਹਾ ਦੁਨੀਆ ਅੰਦਰ ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਦੀ ਗੱਲ ਮੰਨ ਕੇ ਜ਼ਿੰਦਗੀ ਗੁਜ਼ਾਰੀਏ ਕਿਤਾਬ ਸੁਨਤ ਦੇ ਮੁਤਾਬਕ ਉਦੋਂ ਆਖੇਗਾ ਨਬੀ ਮੁਹੰਮਦ ਰਸੂਲੁੱਲਾਹ ਮੇਰਾ ਨਬੀ ਤੇ ਸੋਹਣਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇਹਦੇ ਬਾਅਦ ਪੁੱਛਿਆ ਜਾਏਗਾ ਮਾ ਦੀਨੂ ਕਾ ਤੇਰਾ ਦੀਨ ਕਿਹੜਾ ਹੈ ਨਾ ਇਹ ਆਖੇਗਾ ਦੀਨੀ ਅਲ ਇਸਲਾਮ ਮੇਰਾ ਦੀਨ ਤੇ ਦੀਨੇ ਇਸਲਾਮ ਹੈ ਨਾ ਇਸਲਾਮ ਦੇ ਮੁਤਾਬਕ ਜ਼ਿੰਦਗੀ ਬਸਰ ਕੀਤੀ ਹੋਏਗੀ ਇਸਲਾਮ ਦੀਆਂ ਹੱਦਾਂ ਨਹੀਂ ਕਰਾਸ ਕੀਤੀਆਂ ਬਲਕਿ ਇਸਲਾਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ ਇਸਲਾਮ ਦੀ ਖਾਤਰ ਜਨਾਬ ਸਭ ਰੋਜ਼ ਗੁਜ਼ਾਰੇ ਨੇ ਇਸਲਾਮ ਦੀ ਖਾਤਰ ਆਪਣੀ ਦੁਨੀਆ ਦੀ ਜ਼ਿੰਦਗੀ ਬਸਰ ਕੀਤੀ ਹੈ ਨਾ ਇਸਲਾਮ ਦੇ ਮੁਤਾਬਕ ਉੱਥੇ ਆਖੇਗਾ ਦੀਨੀ ਅਲ ਇਸਲਾਮ ਮੇਰਾ ਦੀਨ ਤੇ ਦੀਨੇ ਇਸਲਾਮ ਹੈ ਨਾ ਅੱਲਾਹੁ ਅਕਬਰ ਹੁਕਮ ਹੋਏਗਾ ਨਾ ਅੱਲਾ ਫਰਿਸ਼ਤਿਆਂ ਨੂੰ ਆਰਡਰ ਫਰਮਾ ਦੇਣਗੇ ਅੱਲਾ ਫਰਮਾਣਗੇ ਨਮ ਕਨੌਮਤਿਲੋ ਰੂ
उस फरिश्ते हो इन वाको सो जाए जिवे पहली रात दी दुल्हन सो जांदी है ना। सुभान अल्लाह मोमिना तेरिया क्या आजमतां ने क्या तेरिया शाना ने ना, उन्हें कोई बेदार नहीं करेगा ना, कोई उन्हें जनाब आ करके इवें तंग नहीं करेगा ना, कोई उन्हें बे आराम नहीं करेगा ना। ये जनाब सो जाएगा जन्नत दियाँ खिड़कियाँ दे वास्ते तमाम किते जाएंगे, जन्नत दियाँ पोशाकां दे वास्ते तमाम किते जाएंगे ना। अल्लाहु अकबर कबीरा। इधर जनाब फरिश्ते दे वास्ते दुआवां करनगे ना और एदी रूह नू इन्हें सत्ता समाला पार अरशे मुअल्ला दे नीचे इलिगिंग नामी जगह है ना, उथे दी रूह जन्नती रूहां दा मस्कन है ना, उथे नू पहुंचाया जाएगा ना। इधर फरिश्ते आखणगे ना अल्लाहु अकबर अल्लाह अल्लाह, पहले जनाब आसमान ते पहुंचणगे ना, आसमाना दे दरवाजे खुलदे चले जाणगे, फरिश्ते लै करके जांदे चले जाणगे ना, इवें फरिश्ते चढ़दे जाणगे। इहदी रूह नू लै करके जाया जा रहा है ना, आसमाना दे दरवाजे खुलदे जा रहे ने, फरिश्ते आखणगे ना। ओ कहण मुबारक बाद फरिश्ते भले नसीबा वाला, जिस दीन ईमान सलामत आंदा वाह वाह बख्त निराला, जिस दीन ईमान सलामत आंदा वाह वाह बख्त निराला। इलगिन दे अंदर जंती रूहां दा मस्कन है, उथे नू पहुंचाया जाएगा ना। इधर वेख ले कनोण ए अल्लाह ते ओदे रसूल दे ना फरमान दी वारी आई है, इनू फरिश्ते आखणगे आखणगे ओ जनाब मर रब्बू का तेरा रब कौन है ना, एक गुस्ताख बंदा अल्लाह ते ओदे रसूल दा ना फरमान बंदा। ए आखे अदरी मैं नहीं जानदा, अल्लाह कहंदे किनू ने ना, मैनू कोई पता नहीं रब किनू कहंदे ने ना। इधर जनाब जवाब आएगा अल्लाहु अकबर अल्लाह अल्लाह, दूसरा सवाल होएगा मन नबी का तेरा नबी कौन है। ये आखेगा जनाब हागा लादरी, अल्लाह ते ओदे रसूल दी ते बगावत कीती है, रब ते ओदे नबी दी ना फरमानी कीती है, इस वास्ते ना इनू अल्लाह दा जवाब आएगा ना मुहम्मद रसूलुल्लाह दा जवाब आएगा। फिर आख्या जाएगा मा दीनू का, इन्हें दीन दी कोई गल नहीं मन्नी, दीन इस्लाम दे मुताबिक जिंदगी नहीं बसर कीती है ना, इन्हें इस्लाम दे खिलाफ सारी जिंदगी गुजारी है ना। ये आखेगा मैनू नहीं पता इस्लाम कहंदे किनू ने, मैनू नहीं पता इस्लाम की चीज है ना। आवाज आएगी अल्लाह फरमाणगे ना, अल्लाह अपने फरिश्तियां नू कम फरमाणगे, फरिश्तियो इहदे वास्ते जनाब जहन्नम जहन्नम दे जनाब इवें बदबूदार कफलां दा इहतमाम करो ना, जहन्नम दे अजाबां दा इहतमाम कीता जावे, जहन्नम दी तरफ खिड़कियां खोल दित्तियां जाण गईआं ना। अल गर्ज मेरे वीर इधर वेख्या जे, तवज्जो फरमाया जे, हुण इहदी रूह नू लै करके फरिश्ते पहले आसमान ते जाणगे, दरवाजे बंद कर दिते जाणगे ना। ला तू फतहु लहुम अबवाबुस समा, पहले आसमान ते दरवाजे बंद कर दिते जाणगे, इनू जनाब वापस लुटाया जाएगा ना। इधरों फरिश्ते आखणगे ना, आखण ए बदबख्त कमीने, गंदियां लफ्जा नाल बुरियां अलकाबा नाल इनू पुकार रहे होणगे ना, पहले आसमान ते जाणगे जवाब मिल जाएगा। आवाज आएगी ना तरफ आसमान ले जावण, सुनो कहण फरिश्ते सारे ए कौन आया मुरदार कमीना, जिस ए गंद उभारे, अल्लाह नाल ना लायो यारी। अल्लाहु अकबर अल्लाह अल्लाह, आखण ए बदबख्त कमीने, आखण ए बदबख्त कमीने, गफलत उम्र गुजारी, अपनियां मर्जियां नाल गफलत दे अंदर अपनी जिंदगी गुजार छड़ी ना। आखण ए बदबख्त कमीने, गफलत उम्र गुजारी, अल्लाह नाल ना लायो यारी, दुनिया कीती प्यारी। उथों इनू वापस लुटाया जाएगा, फिर सत्ता जमीना दे नीचे सिज्जी नमी जगाए ना, जो जहन्नमी रूहां दा मस्कन है ना, उथे इनू पुछाया जाएगा यारो जहन्नम दे अंदर इहदे वास्ते अजाब जनाब
चलाए जाएंगे ना, अजाब तैयार किए जाएंगे। अल्लाह दे कुरान ने गवाहियां दीतियां ने, इन्ना अअतदना जहन्नम लिल काफिरीन सईरा। किसे जगह ते कुरान पाक ने गवाही दीती है, इन्ना अअतदना लिज़्ज़ालिमीन नारा। अल्लाह फरमांदे ने असी इन्हां ज़ालिमां वास्ते अग तैयार कीती है ना, असी इन्हां बेईमानां वास्ते जेड़े अल्लाह ते उहदे रसूल दे ना फरमान ने, अल्लाह ते उहदे रसूल दे बागी ने ना, उन्हां वास्ते असी जहन्नम तैयार कीती है ना।